सर इतने गुंडा टैक्स इकट्ठा कर रहे हैं 500 रुपया पर बकरे का, पैसे इकट्ठे करन दा कोई सरकार तो परमिशन नहीं, कोई सरकारी तू सरकार नू टैक्स नहीं, कोई रेवेन्यू नहीं जा रहा, असी कटते हैं 50 रुपए की, ये लोग सरकार नू दवानी नहीं देंदे ते कटते पे 500 रुपए की। लुधियाणा दे सब्जी मंडी लागे लगदी बकरा मंडी दे विच कुछ लोका विच झगड़ा हो गया। दस्या जा रहा है कि एक पासे सरकारी पर्ची दा रेट 50 रुपए, दूजे पासे नाजायज 250 रुपए वसूलिया जांदा सी। इस नूं लैके दो तिरां विच झगड़ा हो गया। मौके ते एसीपी नॉर्थ हर्षप्रीत सिंह इस झगड़े दा जायजा लैण पहुंचे। इस मौके उन्हां पत्रकारां नाल गलबात करदे हुए की कुछ कहा, तुसीं भी सुनो। लुधियाणा तो कैमरामैन बलविंदर दे नाल राजेश मेहरा दी रिपोर्ट, सिटी होम न्यूज़। सर की होया अज? सर इत्थे गुंडा टैक्स इकट्ठा कर रहे हैं 500 रुपया पर बकरे दा। कौन सर? आ बबलू हैगा जी मंडी वाला। ठीक है, मंडी कादी लगदी है? बकरियां दी। ठीक है, जद के उहदे कोल कोई पैसे इकट्ठे करन दा कोई सरकार तो परमिशन नहीं, कोई सरकारी तो सरकार नू टैक्स नहीं, कोई रेवेन्यू नहीं जा रहा, असी रेवेन्यू दिंदे आ सरकार नू पशु मंडियां दा। ठीक है, ਸਾਡੇ ਕੋਲ ਹੱਕ ਹੈ ਪਰਚੀ ਕੱਟਣ ਦਾ ਅਤੇ ਅਸੀਂ ਕੱਢਦੇ ਹਾਂ 50 ਰੁਪਏ ਦੀ, ਜਦਕਿ ਅਸੀਂ 6 ਕਰੋੜ ਰੁਪਇਆ ਭਰਦੇ ਹਾਂ। ਇਹ ਲੋਕ ਸਰਕਾਰ ਨੂੰ ਦਵਾਨੀ ਨਹੀਂ ਦਿੰਦੇ ਅਤੇ ਕੱਟਦੇ ਪਏ 500 ਰੁਪਏ ਦੀ। 4000 ਪਸ਼ੂ ਵਿਕ ਚੁੱਕਾ ਜੀ, 500 ਦੇ ਹਿਸਾਬ ਨਾਲ ਲਾ ਲਓ ਇਹ ਬੰਦੇ ਨੇ ਕਿੰਨਾ ਗੁੰਡਾਗਰਦੀ ਨਾਲ ਪੈਸੇ ਇਕੱਠੇ ਕਰ ਦਿੱਤੇ। ਨਹੀਂ ਹੁਣ ਹੋਇਆ ਕੀ ਹੈ ਇੱਥੇ? ਸਰ ਇਹਨਾਂ ਨੇ ਸਾਡੇ ਜਿਹੜੀ ਸਰਕਾਰੀ ਕਿਤਾਬਾਂ ਨੇ ਉਹ ਖੋਹ ਕੇ ਮੁੰਡਿਆਂ ਤੋਂ ਕੈਸ਼ ਖੋਹ ਕੇ ਉਹ ਤੋਂ ਕਿਰਪਾਨਾਂ ਨਾਲ ਹਮਲਾ ਕੀਤਾ, ਜਿਹੜਾ ਸਾਡਾ ਸਰਕਾਰੀ ਰਿਕਾਰਡ ਆ ਉਹ ਨਾਲ ਲੈ ਗਏ। ਅਸੀਂ ਤਾਂ ਸਿਰਫ ਆਪਣੀ ਫੀਸ ਕੱਟਣ ਵਾਸਤੇ ਗਏ ਸੀ ਉੱਥੇ, ਜਦੋਂ ਉਹਨਾਂ ਨੂੰ ਕਿਹਾ ਕਿ ਸਾਡੇ ਪੈਸੇ ਦੋ, ਕਹਿੰਦੇ ਤੁਸੀਂ ਮੰਡੀ ਦੇ ਪਰਚੀ ਨਹੀਂ ਕੱਟ ਸਕਦੇ, ਮੰਡੀ ਦੇ ਬਾਹਰ ਕੱਟੋ। ਮੈਂ ਕਿਹਾ ਜੀ ਤੁਹਾਡਾ ਮਾਲ ਵਿਕ ਗਿਆ, ਸਾਡਾ ਹੱਕ ਹੈ ਪਰਚੀ ਕੱਟਣ ਦਾ, ਇੰਨੀ ਜੀ ਗੱਲ ਹੋਈ, ਸਾਨੂੰ ਧੱਕਾ ਮਾਰਤਾ, ਉਹਨਾਂ ਨੂੰ ਇੱਟਾਂ ਉੱਟਾਂ ਮਾਰਨੀ ਸ਼ੁਰੂ ਕਰਤੀ ਮਾਰੇ। ਸਾਡੇ ਕੋਲ ਸਰਕਾਰੀ ਕਿਤਾਬ ਸੀ ਉਹ ਵੀ ਖੋ ਕੇ ਲੈ ਗਏ, ਨਾਲ ਕੈਸ਼ ਸੀ ਉਹ ਵੀ ਖੋ ਕੇ ਲੈ ਗਏ। ਹੁਣ ਤੁਸੀਂ ਕੋਈ ਅੱਗੇ ਕੋਈ ਕਾਰਵਾਈ ਕਰ ਰਹੇ ਹੋ? ਕਾਰਵਾਈ ਸਰਕਾਰ ਤੋਂ ਇਹੀ ਚਾਹੁੰਦੇ ਹਾਂ ਜੀ, ਇਨਸਾਫ ਮਿਲੇ। ਅਸੀਂ ਤਾਂ ਪੂਰਾ ਟੈਕਸ ਪੂਰਾ ਕਾਨੂੰਨੀ ਤੌਰ 'ਤੇ ਭਰਦੇ ਹਾਂ। ਸਰ ਪੁਲਿਸ ਕੰਪਲੇਂਟ ਕੀਤੀ ਤੁਸੀਂ? ਪੁਲਿਸ ਆਈ ਸੀਗੀ ਜੀ, ਪੁਲਿਸ ਹੁਣੇ ਹੁਣੇ ਗਈ ਹੈ, ਉਹਨਾਂ ਨੇ ਹੁਣ ਥਾਣੇ ਬੁਲਾਇਆ ਵਾ ਸਾਨੂੰ। ਤੋ ਇਹਨਾਂ ਦੇ ਦੋ ਬੰਦੇ ਉਹ ਲਦਾਲਿਆਂ ਨਾਲ ਅਰੈਸਟ ਕਰਕੇ ਲੈ ਕੇ ਗਏ ਨੇ, ਜਿਹੜੇ ਨਜਾਇਜ਼ ਪਰਚੀ ਕੱਟ ਰਹੇ ਸੀਗੇ। ਸਾਰਾ ਇਲਜ਼ਾਮ ਕਿਹਦੇ ਤੇ ਲਾ ਰਹੇ ਹੋ ਤੁਸੀਂ? ਇੱਥੇ ਚੌਧਰੀ ਹੈਗਾ ਜੀ ਬੱਬਲੂ, ਉਹਦਾ ਪੱਕਾ ਨਾਮ ਹੇਮਰਾਜ ਹੈ, ਹੇਮਰਾਜ ਬੱਬਲੂ ਚੌਧਰੀ ਇਹਦਾ ਹੈਗਾ। ਠੀਕ ਹੈ, ਉਹ ਲੈ ਰਹੇ ਸਾਰੇ।